ਕੁਛ ਸਮਾਂ ਪਹਿਲਾਂ ਅਸੀਂ ਬਿਆਸ ਵਿਖੇ ਬੜੀ ਸ਼ਾਂਤਮਈ ਢੰਗ ਦੇ ਨਾਲ ਇਥੇ ਧਰਨਾ ਦਿੱਤਾ ਸੀ ਤੇ ਉਹ ਸਿਆਸਤ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਰਕਾਰਾਂ ਬਦਲੀਆਂ ਸੀ ਉਹਨਾਂ ਨੂੰ ਤੇ ਉਹ ਰੰਜਿਸ਼ ਕਰਕੇ ਸਿਆਸੀ ਰੰਜਿਸ਼ ਕਰਕੇ ਉਹਨਾਂ ਨੇ ਪਰਚਾ ਕਰ ਦਿੱਤਾ ਉਹਦੀ ਅੱਜ ਇੱਥੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਨਾ ਕਿ ਉਹਨਾਂ ਨੇ ਅੱਜ ਬਰੀ ਕੀਤਾ ਸਾਰੇ ਸਾਥੀਆਂ ਨੂੰ ਦਾਸ ਨੂੰ ਵੀ ਤੇ ਹੈ ਉਹਦੇ ਚ ਨਹੀਂ ਕੁਝ ਉਹਨਾਂ ਨੇ ਜਾਣ ਕੇ ਉਦੋਂ ਸਿਆਸੀ ਦਾ ਜਿਹੜਾ ਬਦਲਾਖੋਰੀ ਦੇ ਹਿਸਾਬ ਦੇ ਨਾਲ ਸਮਝਾ ਸਰਕਾਰ ਨੇ ਕੀਤਾ ਸੀ ਤੇ ਉਹਦੇ ਕਰਕੇ ਅੱਜ ਜੱਜ ਸਾਹਿਬ ਨੇ ਸਾਰੇ ਜਿਹੜੇ ਸਾਡੇ ਸਾਥੀ ਪੰਜ ਸੱਤ ਜਾਣੇ ਜਿੰਨੇ ਸੀ ਸਾਰਿਆਂ ਨੂੰ ਬਰੀ ਕੀਤਾ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਔਰ ਜੱਜ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਤੇ ਸੱਚ ਦੇ ਨਾਲ ਖੜੇ ਹੋ ਗਏ ਉਹਨਾਂ ਨੇ ਕਿਹਾ ਵੀ ਕੇਸ ਚ ਹੈ ਨਹੀਂ ਆ ਤੇ ਉਹਨਾਂ ਨੇ ਸਾਰਿਆਂ ਨੂੰ ਬਰੀ ਕੀਤਾ ਅੱਜ ਦਾ ਮੈਂ ਸਾਰਿਆਂ ਦਾ ਫਿਰ ਸੰਗਤਾਂ ਦਾ ਤੇ ਵਕੀਲ ਸਾਹਿਬ ਦਾ ਵੀ ਬਾਲ ਸਾਹਿਬ ਜਿਹੜੇ ਕੇਸ ਨੂੰ ਪ੍ਰੂਵ ਕਰ ਰਹੇ ਸ਼ਿਆਲੀ ਸਾਹਿਬ ਹੋਰ ਸਾਡੇ ਚੰਦਰ ਸਾਰੇ ਜੱਜ ਸਾਹਿਬ ਆਪਣੇ ਵਕੀਲ ਸਾਹਿਬ ਲੱਗੇ ਪਾਰਟੀ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹਨਾਂ ਦਾ ਵੀ ਕਰਦਾ ਤੇ ਜੱਜ ਸਾਹਿਬ ਦਾ ਵੀ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਅੱਜ ਉਹ ਸਾਰੇ ਸਾਥੀਆਂ ਸਮੇਤ ਜਿਹੜਾ ਉਹਨਾਂ ਨੇ ਬਰੀ ਕੀਤਾ ਕੁਛ ਸਮਾਂ ਪਹਿਲਾਂ ਅਸੀਂ ਬਿਆਸ ਵਿਖੇ ਬੜੀ ਸ਼ਾਂਤਮਈ ਢੰਗ ਦੇ ਨਾਲ ਇਥੇ ਧਰਨਾ ਦਿੱਤਾ ਸੀ ਤੇ ਉਹ ਸਿਆਸਤ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਰਕਾਰਾਂ ਬਦਲੀਆਂ ਸੀ ਉਹਨਾਂ ਨੂੰ ਤੇ ਉਹ ਰੰਜਿਸ਼ ਕਰਕੇ ਸਿਆਸੀ ਰੰਜਿਸ਼ ਕਰਕੇ ਉਹਨਾਂ ਨੇ ਪਰਚਾ ਕਰ ਦਿੱਤਾ ਉਹਦੀ ਅੱਜ ਇੱਥੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਨਾ ਕਿ ਉਹਨਾਂ ਨੇ ਅੱਜ ਬਰੀ ਕੀਤਾ ਸਾਰੇ ਸਾਥੀਆਂ ਨੂੰ ਦਾਸ ਨੂੰ ਵੀ ਤੇ ਹੈ ਉਹਦੇ ਚ ਨਹੀਂ ਕੁਝ ਉਹਨਾਂ ਨੇ ਜਾਣ ਕੇ ਉਦੋਂ ਸਿਆਸੀ ਦਾ ਜਿਹੜਾ ਬਦਲਾਖੋਰੀ ਦੇ ਹਿਸਾਬ ਦੇ ਨਾਲ ਸਮਝਾ ਸਰਕਾਰ ਨੇ ਕੀਤਾ ਸੀ ਤੇ ਉਹਦੇ ਕਰਕੇ ਅੱਜ ਜੱਜ ਸਾਹਿਬ ਨੇ ਸਾਰੇ ਜਿਹੜੇ ਸਾਡੇ ਸਾਥੀ ਪੰਜ ਸੱਤ ਜਾਣੇ ਜਿੰਨੇ ਸੀ ਸਾਰਿਆਂ ਨੂੰ ਬਰੀ ਕੀਤਾ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਔਰ ਜੱਜ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਤੇ ਸੱਚ ਦੇ ਨਾਲ ਖੜੇ ਹੋ ਗਏ ਉਹਨਾਂ ਨੇ ਕਿਹਾ ਵੀ ਕੇਸ ਚ ਹੈ ਨਹੀਂ ਆ ਤੇ ਉਹਨਾਂ ਨੇ ਸਾਰਿਆਂ ਨੂੰ ਬਰੀ ਕੀਤਾ ਅੱਜ ਦਾ ਮੈਂ ਸਾਰਿਆਂ ਦਾ ਫਿਰ ਸੰਗਤਾਂ ਦਾ ਤੇ ਵਕੀਲ ਸਾਹਿਬ ਦਾ ਵੀ ਬਾਲ ਸਾਹਿਬ ਜਿਹੜੇ ਕੇਸ ਨੂੰ ਪ੍ਰੂਵ ਕਰ ਰਹੇ ਸ਼ਿਆਲੀ ਸਾਹਿਬ ਹੋਰ ਸਾਡੇ ਚੰਦਰ ਸਾਰੇ ਜੱਜ ਸਾਹਿਬ ਆਪਣੇ ਵਕੀਲ ਸਾਹਿਬ ਲੱਗੇ ਪਾਰਟੀ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹਨਾਂ ਦਾ ਵੀ ਕਰਦਾ ਤੇ ਜੱਜ ਸਾਹਿਬ ਦਾ ਵੀ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਅੱਜ ਉਹ ਸਾਰੇ ਸਾਥੀਆਂ ਸਮੇਤ ਜਿਹੜਾ ਉਹਨਾਂ ਨੇ ਬਰੀ ਕੀਤਾ ਕੁਛ ਸਮਾਂ ਪਹਿਲਾਂ ਅਸੀਂ ਬਿਆਸ ਵਿਖੇ ਬੜੀ ਸ਼ਾਂਤਮਈ ਢੰਗ ਦੇ ਨਾਲ ਇਥੇ ਧਰਨਾ ਦਿੱਤਾ ਸੀ ਤੇ ਉਹ ਸਿਆਸਤ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਰਕਾਰਾਂ ਬਦਲੀਆਂ ਸੀ ਉਹਨਾਂ ਨੂੰ ਤੇ ਉਹ ਰੰਜਿਸ਼ ਕਰਕੇ ਸਿਆਸੀ ਰੰਜਿਸ਼ ਕਰਕੇ ਉਹਨਾਂ ਨੇ ਪਰਚਾ ਕਰ ਦਿੱਤਾ ਉਹਦੀ ਅੱਜ ਇੱਥੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਨਾ ਕਿ ਉਹਨਾਂ ਨੇ ਅੱਜ ਬਰੀ ਕੀਤਾ ਸਾਰੇ ਸਾਥੀਆਂ ਨੂੰ ਦਾਸ ਨੂੰ ਵੀ ਤੇ ਹੈ ਉਹਦੇ ਚ ਨਹੀਂ ਕੁਝ ਉਹਨਾਂ ਨੇ ਜਾਣ ਕੇ ਉਦੋਂ ਸਿਆਸੀ ਦਾ ਜਿਹੜਾ ਬਦਲਾਖੋਰੀ ਦੇ ਹਿਸਾਬ ਦੇ ਨਾਲ ਸਮਝਾ ਸਰਕਾਰ ਨੇ ਕੀਤਾ ਸੀ ਤੇ ਉਹਦੇ ਕਰਕੇ ਅੱਜ ਜੱਜ ਸਾਹਿਬ ਨੇ ਸਾਰੇ ਜਿਹੜੇ ਸਾਡੇ ਸਾਥੀ ਪੰਜ ਸੱਤ ਜਾਣੇ ਜਿੰਨੇ ਸੀ ਸਾਰਿਆਂ ਨੂੰ ਬਰੀ ਕੀਤਾ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਔਰ ਜੱਜ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਤੇ ਸੱਚ ਦੇ ਨਾਲ ਖੜੇ ਹੋ ਗਏ ਉਹਨਾਂ ਨੇ ਕਿਹਾ ਵੀ ਕੇਸ ਚ ਹੈ ਨਹੀਂ ਆ ਤੇ ਉਹਨਾਂ ਨੇ ਸਾਰਿਆਂ ਨੂੰ ਬਰੀ ਕੀਤਾ ਅੱਜ ਦਾ ਮੈਂ ਸਾਰਿਆਂ ਦਾ ਫਿਰ ਸੰਗਤਾਂ ਦਾ ਤੇ ਵਕੀਲ ਸਾਹਿਬ ਦਾ ਵੀ ਬਾਲ ਸਾਹਿਬ ਜਿਹੜੇ ਕੇਸ ਨੂੰ ਪ੍ਰੂਵ ਕਰ ਰਹੇ ਸ਼ਿਆਲੀ ਸਾਹਿਬ ਹੋਰ ਸਾਡੇ ਚੰਦਰ
ਸਾਰੇ ਜੱਜ ਸਾਹਿਬ ਆਪਣੇ ਵਕੀਲ ਸਾਹਿਬ ਲੱਗੇ, ਪਾਰਟੀ ਵੱਲੋਂ ਵੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਇਹਨਾਂ ਦਾ ਵੀ ਕਰਦਾ ਤੇ ਜੱਜ ਸਾਹਿਬ ਦਾ ਵੀ, ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਜੋ ਸਾਰੇ ਸਾਥੀਆਂ ਸਮੇਤ ਜਿਹੜਾ ਉਹਨਾਂ ਨੇ ਬਰੀ ਕੀਤਾ।